ਓਸ਼ੋ ਜਦੋਂ ਮੈਂ ਕਹਿੰਨਾ ਕਿ ਮੌਤ ਤੋਂ ਵੱਡਾ ਕੋਈ ਸੱਚ ਨਹੀਂ ਤਾਂ ਮੈਂ ਇਸ ਗੱਲ ਦੀ ਯਾਦ ਦਿਵਾਉਣਾ ਚਾਹਨਾ ਕਿ ਮੈਂ ਤੁਸੀਂ ਅਸੀਂ ਸਭ ਮਰਾਂਗੇ ਤੇ ਜਦ ਮੈਂ ਇਹ ਕਹਿਨਾ ਕਿ ਮੌਤ ਬਿਲਕੁਲ ਹੀ ਝੂਠ ਹੈ ਤੇ ਮੈਂ ਯਾਦ ਦਿਵਾਉਣਾ ਚਾਹਨਾ ਕਿ ਮੈਂ ਦੇ ਅੰਦਰ ਕੋਈ ਹੋਰ ਵੀ ਹੈ ਜੋ ਨਹੀਂ ਮਰੇਗਾ ਤੁਹਾਡੇ ਅੰਦਰ ਕੋਈ ਹੋਰ ਵੀ ਹੈ ਜੋ ਨਹੀਂ ਮਰੇਗਾ ਤੇ ਜਿਹਨੂੰ ਤੁਸੀਂ ਜੀਵਨ ਸਮਝ ਰਹੇ ਹੋ ਉਹ ਤੋਂ ਵੱਖ ਕੋਈ ਜੀਵਨ ਵੀ ਹੈ ਜਿਸਟ ਕੋਈ ਮੌਤ ਨਹੀਂ ਇਹ ਦੋਵੇਂ ਗੱਲਾਂ ਸੱਚ ਹਨ ਇੱਕੋ ਸਮੇਂ ਸੱਚ ਹਨ ਤੇ ਇਹਨਾਂ ਵਿੱਚੋਂ ਜੇਕਰ ਇੱਕ ਨੂੰ ਸੱਚ ਮੰਨਿਆ ਤਾਂ ਪੂਰੇ ਸੱਚ ਦਾ बोਧ ਨਹੀਂ ਹੋ ਪਾਏਗਾ ਸਮਝੋ ਜੇਕਰ ਕੋਈ ਕਹੇ ਕਿ ਪਰਛਾਵਾ ਇੱਕ ਸੱਚ ਹੈ ਜੇਕਰ ਕੋਈ ਕਹੇ ਹਨੇਰਾ ਇੱਕ ਸੱਚ ਹੈ ਤਾਂ ਉਹ ਝੂਠ ਨਹੀਂ ਕਹਿੰਦਾ ਹਨੇਰਾ ਹੈ ਪਰਛਾਵਾ ਹੈ ਫਿਰ ਕੋਈ ਕਹੇ ਕਿ ਹਨੇਰਾ ਹੈ ਹੀ ਨਹੀਂ ਤਦ ਵੀ ਗਲਤ ਨਹੀਂ ਕਹਿੰਦਾ ਤਦ ਉਹ ਇਹ ਕਹਿ ਰਿਹਾ ਹੈ ਕਿ ਹਨੇਰੇ ਦਾ ਕੋਈ ਪੋਜ਼ਿਟਿਵ ਐਗਜ਼ਿਸਟੈਂਸ ਕੋਈ ਵਿਧਾਇਕ ਵਜੂਦ ਨਹੀਂ ਹੈ ਜੇਕਰ ਮੈਂ ਤੁਹਾਨੂੰ ਕਹਾਂ ਕਿ ਦੋ ਗੱਠੜੀਆਂ ਹਨੇਰਾ ਬਾਹਰੋਂ ਲਿਆਓ ਤਾਂ ਤੁਸੀਂ ਲਿਆ ਨਹੀਂ ਸਕੋਗੇ ਤੇ ਜੇ ਮੈਂ ਕਹਾਂ ਵੀ ਇੱਕ ਕਮਰੇ 'ਚ ਹਨੇਰਾ ਭਰਿਆ ਹੈ ਇਹਨੂੰ ਕੱਢ ਕੇ ਬਾਹਰ ਸੁੱਟ ਦਿਓ ਤਾਂ ਤੁਸੀਂ ਸੁੱਟ ਨਹੀਂ ਸਕੋਗੇ ਫਿਰ ਮੈਂ ਤੁਹਾਨੂੰ ਪੁੱਛਾਂ ਵੀ ਜੇ ਹਨੇਰਾ ਹੈ ਤਾਂ ਕਿਰਪਾ ਕਰਕੇ ਇਹਨੂੰ ਬਾਹਰ ਲਿਆਓ ਤੁਸੀਂ ਕਹੋਗੇ ਹਨੇਰੇ ਨੂੰ ਬਾਹਰ ਨਹੀਂ ਲਜਾਇਆ ਜਾ ਸਕਦਾ ਕਿਉਂ ਕਿਉਂਕਿ ਹਨੇਰਾ ਵਿਧਾਇਕ ਨਹੀਂ ਹੈ 네ਗੇਟਿਵ ਹੈ ਹਨੇਰਾ ਸਿਰਫ ਰੋਸ਼ਨੀ ਦੀ ਨਾ ਮੌਜੂਦਗੀ ਹੈ ਧੰਨਵਾਦ